ਖੁਸ਼ੀ ਹੋਈ ਜੀ, ਪਹਿਲਾਂ ਤਾਂ ਨਹੀਂ ਸੀ ਇੰਨਾ ਵੀ ਐਕਸਪੈਕਟਡ ਨਹੀਂ ਸੀ, ਐਕਸਪੈਕਟਡ ਨਹੀਂ ਸੀਗਾ, ਬਸ ਜਦੋਂ ਨਿਊਜ਼ ਮਿਲੀ ਉਸ ਤੋਂ ਬਾਅਦ ਥੋੜ੍ਹਾ ਜਿਹਾ ਲੱਗਿਆ ਵਧੀਆ। ਮੈਨੂੰ ਸਕੂਲ ਦੇ ਵਿੱਚ ਫੋਨ ਆਇਆ ਸੀ, ਕਾਲ ਕੀਤੀ ਸੀ ਉਹਨਾਂ ਨੇ ਵੀ ਤੁਹਾਡਾ ਨਹੀਂ ਮੈਰਿਟ ਲਿਸਟ ਆਇਆ, ਉਸ ਤੋਂ ਬਾਅਦ 19 ਨੂੰ ਰਿਜ਼ਲਟ ਅਪਡੇਟ ਹੋਣਾ ਸੀਗਾ, ਤਾਂ ਮੈਰਿਟ ਲਿਸਟ ਪਹਿਲਾਂ ਆ ਗਈ ਸੀ ਜੀ, ਇਸ ਲਈ ਫਿਰ ਸਕੂਲ ਦੇ ਵਿੱਚ ਅਸੀਂ ਗਏ, ਟੀਚਰਸ ਨੇ ਕੰਗ੍ਰੈਚੁਲੇਸ਼ਨ ਕਿਹਾ, ਫੈਮਲੀ ਦਾ ਤਾਂ ਮੈਨੂੰ ਫੁੱਲ ਸਪੋਰਟ ਸੀ ਜੀ, ਕੋਈ ਬੋਲ ਰਹੀ ਨਹੀਂ ਸੀ, ਬਾਕੀ ਸਭ ਤੋਂ ਸਹੀ ਚੱਲ ਰਿਹਾ ਸੀ ਫੈਮਲੀ ਦੇ ਵਿੱਚ, ਅਤੇ ਬਾਕੀ ਟੀਚਰ ਦਾ ਹਾਰਡ ਵਰਕ ਸੀ, ਉਹਨਾਂ ਨੇ ਪੜ੍ਹਾਇਆ, ਬਾਕੀ ਮੈਨੂੰ ਟਿਊਸ਼ਨ ਦੀ ਲੋੜ ਨਹੀਂ ਪਈ, ਸਕੂਲ ਦੇ ਵਿੱਚ ਹੀ ਐਕਸਟਰਾ ਕਲਾਸ ਟੀਚਰਸ ਲਗਾਉਂਦੇ ਸੀ ਆਪਣੇ ਆਪ। ਗੋਲ ਕੀ ਹੈ ਲਾਈਫ ਦੇ ਵਿੱਚ, ਕੀ ਬਣਨਾ ਚਾਹੁੰਦੇ ਹੋ, ਕੀ ਕਰਨਾ ਚਾਹੁੰਦੇ ਹੋ? UPSC ਦਾ ਇੱਕ ਕੰਡਕਟ ਕਰਵਾਉਂਦੀ ਸੀ ਇਸ ਟੀਚਰਾਂ ਔਰ IAS IPS, ਮੇਰੀ ਪ੍ਰੈਪਰੇਸ਼ਨ ਕਰਨੀ ਹੈ। ਕੋਈ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਦੇ ਵਿੱਚ ਵੀ ਪਾਰਟਿਸਿਪੇਟ ਕਰਦੇ ਸੀ ਜਾਂ ਸਿਰਫ ਪੜ੍ਹਾਈ ਕਰਦੇ ਸੀਗੇ ਸਾਰਾ ਦਿਨ? ਮੈਮ ਮੈਂ ਲਾਈਫ ਇੰਜੋਏ ਕੀਤੀ ਹੈ, ਮੈਂ ਸਿਰਫ ਪੜ੍ਹਾਈ ਨਹੀਂ, ਲਾਈਫ ਇੰਜੋਏ ਕੀਤੀ ਹੈ ਜੀ। ਵੀ ਹਰ ਟਾਈਮ ਆਪਦਾ ਪੜ੍ਹਨਾ ਉਹਨੇ, ਅਤੇ ਜਾਂ ਬਸ ਕੋਈ ਫਾਲਤੂ ਕੰਮ ਨਹੀਂ ਕਰਨਾ, ਜਾਂ ਪੜ੍ਹਾਈ ਅਤੇ ਜਾਂ ਸਕੂਲ 'ਚ, ਅਤੇ ਬਸ ਆਪਦਾ ਘਰੇ ਕੋਈ ਇਹਨੇ ਘੁੰਮਣ ਫਿਰਨ ਦਾ ਵੀ ਇੰਨਾ ਸ਼ੌਂਕ ਨਹੀਂ ਸੀ ਵੀ ਪੜ੍ਹਾਈ ਦਾ ਸੀ। ਮੈਂ ਵੀ ਬਥੇਰਾ ਕਹਿੰਦਾ ਵੀ ਬੇਟਾ 12-12 ਵੱਜ ਕੇ ਪੈ ਜਾਓ, ਕਹਿੰਦੇ ਨਹੀਂ ਡੈਡੀ ਅਸੀਂ ਪੜ੍ਹਨਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼, ਮੈਂ ਹਾਂ ਤੁਹਾਡੇ ਨਾਲ ਆਕਾਂਕਸ਼ਾ। ਹਾਲ ਹੀ ਦੇ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਜਿਹੜੇ 10ਵੀਂ ਪ੍ਰੀਖਿਆ ਦੇ ਜਿਹੜੇ ਰਿਜ਼ਲਟ ਸੀਗੇ ਉਹ ਨਸ਼ਰ ਹੋਏ ਨੇ, ਆਊਟ ਹੋਏ ਨੇ, ਔਰ ਕਿਸ ਤਰ੍ਹਾਂ ਲੜਕੀਆਂ ਨੇ ਮੱਲਾਂ ਮਾਰੀਆਂ ਨੇ, ਲੜਕੀਆਂ ਕਿਸੇ ਤੋਂ ਵੀ ਘੱਟ ਨਹੀਂ ਹੈਗੀਆਂ, ਕਿਸੇ ਤੋਂ ਪਿੱਛੇ ਨਹੀਂ ਹੈਗੀਆਂ। ਤਾਂ ਇਸ ਵੇਲੇ ਮੇਰੇ ਨਾਲ ਇੱਕ ਸ਼ਾਈਨਿੰਗ ਬੱਚੀ ਬੈਠੀ ਹੈ, ਸ਼ਾਈਨਿੰਗ ਸਟਾਰ ਹਰਮੀਤ ਕੌਰ, ਜੋ ਕਿ ਬਠਿੰਡੇ ਦੀ ਰਹਿਣ ਵਾਲੀ ਹੈ, ਔਰ ਇਹਨਾਂ ਨੇ 96.77% ਜਿਹੜੇ ਹੈਗੇ 10ਵੀਂ ਕਲਾਸ ਦੇ ਵਿੱਚ ਇਹਨਾਂ ਨੇ ਅਚੀਵ ਕੀਤੇ ਨੇ। ਮੇਰੇ ਨਾਲ ਪਰਿਵਾਰ ਦੇ ਮੈਂਬਰ ਵੀ ਮੌਜੂਦ ਨੇ, ਫਾਦਰ ਐਂਡ ਮਦਰ ਵੀ ਮੌਜੂਦ ਨੇ, ਬਹੁਤ ਹੀ ਮੱਧ ਵਰਗੀ ਪਰਿਵਾਰ ਦੀ ਇਹ ਬੱਚੀ ਹੈ। ਫਾਦਰ ਇੱਕ ਪ੍ਰਾਈਵੇਟ ਜੋਬ ਕਰਦੇ ਨੇ, ਮੰਮਾ ਹੋਮ ਮੇਕਰ ਨੇ, ਔਰ ਸੈਲਫ ਸਟੱਡੀ ਸਦਕਾ ਇਹ ਜਿਹੜੀ ਬੱਚੀ ਹੈ ਇਸਨੇ ਇੰਨੇ ਅੱਛੇ ਜਿਹੜੇ ਮਾਰਕਸ ਨੇ ਅਚੀਵ ਕੀਤੇ ਨੇ। ਗੱਲਬਾਤ ਕਰਦੇ ਹਾਂ। ਹੈਲੋ ਹਰਮੀਤ, ਕੀ ਹਾਲ ਹੈ? ਠੀਕ ਹੋ? ਅੱਛਾ, ਕਿਵੇਂ ਲੱਗ ਰਿਹਾ ਤੁਹਾਨੂੰ? ਬਹੁਤ ਅੱਛਾ ਰਿਜ਼ਲਟ ਆਇਆ ਤੁਹਾਡਾ, ਬਹੁਤ ਸੋਹਣਾ ਰਿਜ਼ਲਟ ਆਇਆ। ਤਾਂ ਪਹਿਲੀ ਜਿਹੜਾ ਮਤਲਬ ਇੱਕ ਥੋਟ ਹੁੰਦਾ ਹੈ ਮਾਈਂਡ ਦੇ ਵਿੱਚ ਜਾਂ ਰਿਜ਼ਲਟ ਵੇਖ ਕੇ ਕੀ ਆਇਆ ਸੀ ਤੁਹਾਡੇ ਦਿਮਾਗ 'ਚ? ਮੈਨੂੰ ਖੁਸ਼ੀ ਹੋਈ ਜੀ, ਪਹਿਲਾਂ ਤਾਂ ਨਹੀਂ ਸੀ ਇੰਨਾ ਵੀ, ਐਕਸਪੈਕਟਡ ਨਹੀਂ ਸੀ, ਐਕਸਪੈਕਟਡ ਨਹੀਂ ਸੀਗਾ, ਬਸ ਜਦੋਂ ਨਿਊਜ਼ ਮਿਲੀ ਉਸ ਤੋਂ ਬਾਅਦ ਥੋੜ੍ਹਾ ਜਿਹਾ ਲੱਗਿਆ ਵੀ ਵਧੀਆ ਹੋਇਆ। ਅੱਛਾ, ਅੱਜ ਕੱਲ੍ਹ ਤਾਂ ਇੰਟਰਨੈਟ ਦਾ ਜ਼ਮਾਨਾ ਹੈ ਨਾ, ਰਿਜ਼ਲਟ ਪਤਾ ਲੱਗ ਜਾਂਦਾ ਉਦੋਂ ਹੀ, ਤਾਂ ਸਭ ਤੋਂ ਪਹਿਲਾਂ ਰਿਜ਼ਲਟ ਫਿਰ ਤੁਹਾਨੂੰ ਤੁਸੀਂ ਆਪ ਚੈੱਕ ਕੀਤਾ ਜਾਂ ਤੁਹਾਨੂੰ ਕਿਸੇ ਨੇ ਦੱਸਿਆ ਵੀ ਇੰਨੇ ਮਾਰਕਸ ਆ ਗਏ ਹੈ? ਮੈਨੂੰ ਸਕੂਲ ਦੇ ਵਿੱਚ ਫੋਨ ਆਇਆ ਸੀ, ਕਾਲ ਕੀਤੀ ਸੀ ਉਹਨਾਂ ਨੇ ਵੀ ਤੁਹਾਡਾ ਨਹੀਂ ਮੈਰਿਟ ਲਿਸਟ ਆਇਆ, ਉਸ ਤੋਂ ਬਾਅਦ 19 ਨੂੰ ਰਿਜ਼ਲਟ ਅਪਡੇਟ ਹੋਣਾ ਸੀਗਾ, ਤਾਂ ਮੈਰਿਟ ਲਿਸਟ ਪਹਿਲਾਂ ਆ ਗਈ ਸੀ ਜੀ, ਇਸ ਲਈ ਫਿਰ ਸਕੂਲ ਦੇ ਵਿੱਚ ਅਸੀਂ ਗਏ, ਟੀਚਰਸ ਨੇ ਕੰਗ੍ਰੈਚੁਲੇਸ਼ਨ ਕਿਹਾ, ਤਾਂ ਉੱਥੇ ਪਤਾ ਲੱਗਿਆ, ਮੈਨੂੰ ਪਹਿਲਾਂ ਨਹੀਂ ਪਤਾ ਸੀ, ਪਹਿਲਾਂ ਨਹੀਂ ਸੀ ਪਤਾ। ਹਾਂਜੀ ਹਰਮੀਤ, ਇਸ ਤਰ੍ਹਾਂ ਦੱਸੋ ਕਿ ਜਿਸ ਤਰ੍ਹਾਂ ਤੁਹਾਡੇ ਫਾਦਰ ਇੱਕ ਪ੍ਰਾਈਵੇਟ ਜੋਬ ਕਰਦੇ, ਤਾਂ ਚੈਲੰਜਸ ਕੀ ਰਹਿੰਦੇ ਸੀਗੇ? ਔਰ ਜਿਹੜਾ ਸਕੂਲ ਹੈ ਉਹ ਵੀ ਤੁਹਾਡੀ ਲੋਕੈਲਿਟੀ ਦੇ ਵਿੱਚ ਹੀ ਆ, ਹੈ ਨਾ, ਵੀ ਕੋਈ ਸਕੂਲ ਵੀ ਜਿਹਨੂੰ ਅਸੀਂ ਕਹਿੰਦੇ ਵੀ ਕੋਨਵੈਂਟ ਸਕੂਲ ਨਹੀਂ ਹੈ, ਜਾਂ ਹਮੇਸ਼ਾ ਲੋਕ ਇਹ ਸੋਚਦੇ ਵੀ ਜਿਹੜੇ ਵੱਡੇ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਨੇ, ਜਿਨ੍ਹਾਂ ਦੀਆਂ ਬਹੁਤ ਲੱਖਾਂ ਦੇ ਵਿੱਚ ਫੀਸਾਂ ਨੇ, ਸਿਰਫ ਉਹੀ ਬੱਚੇ ਅਜਿਹੇ ਜਿਹੜੇ ਮਾਰਕਸ ਨੇ ਅਚੀਵ ਕਰ ਸਕਦੇ ਨੇ। ਤਾਂ ਤੁਸੀਂ ਆਪਣੀ ਪਹਿਲਾਂ ਫੈਮਲੀ ਬਾਰੇ ਦੱਸੋ ਕਿ ਪਰਿਵਾਰ ਦੇ ਵਿੱਚ ਕੀ ਕੀ ਚੈਲੰਜਸ ਤੁਹਾਨੂੰ ਦੇਖਣੇ ਪੈਂਦੇ ਸੀ? ਫੈਮਲੀ ਦਾ ਤਾਂ ਮੈਨੂੰ ਫੁੱਲ ਸਪੋਰਟ ਸੀ ਜੀ, ਕੋਈ ਬਰਡਨ ਨਹੀਂ ਸੀ, ਬਾਕੀ ਸਭ ਕੁਛ ਸਹੀ ਚੱਲ ਰਿਹਾ ਸੀ ਫੈਮਲੀ ਦੇ ਵਿੱਚ, ਅਤੇ ਬਾਕੀ ਟੀਚਰਸ ਦਾ ਹਾਰਡ ਵਰਕ ਸੀ, ਉਹਨਾਂ ਨੇ ਪੜ੍ਹਾਇਆ, ਬਾਕੀ ਮੈਨੂੰ ਟਿਊਸ਼ਨ ਦੀ ਲੋੜ ਨਹੀਂ ਪਈ, ਸਕੂਲ ਦੇ ਵਿੱਚ ਐਕਸਟਰਾ ਕਲਾਸ ਟੀਚਰਸ ਲਗਾਉਂਦੇ ਸੀ ਆਪਣੇ ਆਪ ਹੀ,
ਤੇ ਫਿਰ ਉੱਥੋਂ ਕੰਪਲੀਟ ਕੀਤਾ ਸਾਰਾ ਸਿਲੇਬਸ, ਰਿਵੀਜ਼ਨ ਕੀਤੀ ਹੈ। ਬਾਕੀ ਮੈਨੂੰ ਕੋਈ ਬਰਡਨ ਜਾਂ ਪ੍ਰੈਸ਼ਰ ਨਹੀਂ ਸੀ ਮਾਰਕਸ ਦਾ, ਕੋਈ ਕਿਸੇ ਨੇ ਕਿਹਾ ਨਹੀਂ ਸੀ ਵੀ ਇੰਨੇ ਪਰਸੈਂਟੇਜ ਹੀ ਲੈਣੇ ਆ, ਬਸ ਨੌਲੇਜ ਤੇ ਹੀ ਸੀ। ਅੱਛਾ, ਪੜ੍ਹਦੇ ਕਿੰਨਾ ਹੋ ਤੁਸੀਂ, ਕਿੰਨੇ ਆਵਰਸ ਜਿਹੜਾ ਹੈਗਾ ਆਪਣੀ ਸਟੱਡੀ ਨੂੰ ਡੈਡੀਕੇਟ ਕਰਦੇ ਹੋ? ਸਕੂਲ ਦੇ ਵਿੱਚ 7 to 8 ਆਵਰਸ ਹੋ ਜਾਂਦੇ ਸੀ ਜੀ, ਘਰੇ 3 to 4 ਆਵਰਸ ਰਿਵੀਜ਼ਨ ਕਰ ਲਈ। 3 to 4 ਆਵਰਸ ਰਿਵੀਜ਼ਨ, ਹਾਂਜੀ। ਔਰ ਮੈਨੂੰ ਇਹ ਦੱਸੋ ਵੀ ਤੁਸੀਂ ਇਕੱਲੇ ਹੀ ਮਤਲਬ ਸਿਬਲਿੰਗ ਹੋ ਜਾਂ ਹੋਰ ਵੀ ਤੁਹਾਡੇ ਬ੍ਰਦਰ ਸਿਸਟਰ ਹੈਗੇ ਆ? ਮੈਂ ਐਲਡਰ ਸਿਸਟਰ ਹਾਂ, ਮੇਰਾ ਯੰਗਰ ਬ੍ਰਦਰ ਹੈ ਜੋ ਹੁਣ 7th ਕਲਾਸ ਦਾ। 7, ਉਹ ਵੀ ਤੁਹਾਡੇ ਵਰਗਾ ਸ਼ਾਈਨਿੰਗ ਹੈ? ਹਾਂਜੀ। ਉਹ ਕੀ ਸ਼ਰਾਰਤੀ ਹੈ? ਸ਼ਰਾਰਤੀ ਤਾਂ ਹੈ ਪਰ ਬ੍ਰਾਈਟ ਹੈ ਉਹ ਵੀ। ਉਹ ਵੀ ਬ੍ਰਾਈਟ ਹੈ। ਗੋਲ ਕੀ ਹੈ ਲਾਈਫ ਦੇ ਵਿੱਚ, ਕੀ ਬਣਨਾ ਚਾਹੁੰਦੇ ਹੋ, ਕੀ ਕਰਨਾ ਚਾਹੁੰਦੇ ਹੋ? UPSC ਦਾ ਇੱਕ ਕੰਡਕਟ ਕਰਵਾਉਂਦੀ ਹੈ CST ਐਗਜ਼ਾਮ ਫੋਰ IAS IPS, ਮੈਂ ਉਹਦੀ ਪ੍ਰੈਪਰੇਸ਼ਨ ਕਰ ਰਹੀ ਹਾਂ। ਉਹਦੀ ਪ੍ਰੈਪਰੇਸ਼ਨ ਕਰ ਰਹੀ ਹਾਂ। ਅੱਛਾ, ਸਕੂਲ ਦਾ ਕਿੰਨਾ ਕੁ ਯੋਗਦਾਨ ਮੰਨਦੇ ਹੋ ਤੁਸੀਂ, ਕਿਉਂਕਿ ਤੁਹਾਡੇ ਜਿਹੜੇ ਟੀਚਰ ਸਹਿਬਾਨ ਨੇ ਹੈ ਨਾ, ਉਹਨਾਂ ਦੇ ਨਾਲ ਤੁਸੀਂ ਮੈਕਸੀਮਮ ਜਿਹੜਾ ਹੈਗਾ ਸਮਾਂ ਤੁਸੀਂ ਸਪੈਂਡ ਕਰਦੇ ਹੋ ਟੀਚਰਸ ਦੇ ਨਾਲ, ਸਕੂਲ ਦੇ ਨਾਲ ਸਾਡਾ ਮੈਕਸੀਮਮ ਲਾਈਫ ਦਾ ਜਿਹੜਾ ਹੈਗਾ ਸਮਾਂ ਜਾਂਦਾ ਹੈ ਨਾ, ਤਾਂ ਟੀਚਰਸ ਦਾ ਤੁਸੀਂ ਕਿੰਨਾ ਕੁ ਯੋਗਦਾਨ ਮੰਨਦੇ ਹੋ, ਕਿ ਤੁਹਾਡੀ ਇਹ ਜਿਹੜੀ ਅਚੀਵਮੈਂਟ ਆ ਉਹਨਾਂ ਦੇ ਵਿੱਚ ਉਹਨਾਂ ਦਾ ਕਿੰਨਾ ਕੁ ਇਹਦੇ ਵਿੱਚ ਯੋਗਦਾਨ ਹੈ? ਮੇਰੇ ਅਕੋਰਡਿੰਗ ਸਾਰਾ ਕੁਛ ਕੀਤਾ ਹੀ ਟੀਚਰਸ ਨੇ, ਉਹਨਾਂ ਸਿਰਫ ਕੰਟਰੀਬਿਊਸ਼ਨ ਹੀ ਹੈ, ਸਾਰਾ ਕੁਛ ਉਹਨਾਂ ਨੇ ਕੀਤਾ, ਕਿਉਂਕਿ ਪੜ੍ਹਾਇਆ ਉਹਨਾਂ ਨੇ, ਸਾਨੂੰ ਤਾਂ ਕੁਛ ਪਤਾ ਹੀ ਨਹੀਂ ਸੀ, ਬਸ ਟੀਚਰਸ ਪੜ੍ਹਾਉਂਦੇ ਸੀ, ਥੋੜ੍ਹਾ ਧਿਆਨ ਦੇ ਦਿੰਦੇ ਸੀ, ਚੰਗੀ ਤਰ੍ਹਾਂ ਪੜ੍ਹਦੇ ਸੀ, ਉਸ ਤੋਂ ਬਾਅਦ ਘਰੇ ਜੋ ਰਿਵੀਜ਼ਨ ਨਹੀਂ ਕਹਿੰਦੇ ਸੀ ਉਹ ਰਿਵੀਜ਼ਨ ਕਰ ਲੈਂਦੇ ਸੀ। ਇਸ ਦੇ ਨਾਲ ਹੀ ਕੋਈ ਐਕਸਟਰਾ ਮਟੀਰੀਅਲ ਐਕਸਟਰਾ ਕੁਛ ਲੋੜ ਨਹੀਂ, ਕਿਉਂਕਿ ਬੁੱਕ ਦੇ ਵਿੱਚੋਂ ਸਭ ਕੁਛ ਆਉਣਾ ਸੀ, ਬਾਕੀ ਬੁੱਕ ਕੀਤੀ ਹੈ ਰੀਡਿੰਗ ਹੋਰ ਕੁਛ ਨਹੀਂ ਕੀਤਾ। ਅੱਛਾ ਅੱਛਾ, ਕਹਿੰਦੇ ਕਿ ਸਾਰਾ ਦਿਨ ਪੜ੍ਹੀ ਜਾਓ ਬੁੱਕ ਵਾਰਮ ਬਣ ਕੇ ਹੈ ਨਾ, ਵੀ ਉਸ ਬੱਚੇ ਦੇ ਇੰਨੇ ਮਾਰਕਸ ਆਉਂਦੇ ਆ, ਤਾਂ ਤੁਸੀਂ ਕੋਈ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਦੇ ਵਿੱਚ ਵੀ ਪਾਰਟਿਸਿਪੇਟ ਕਰਦੇ ਸੀ ਜਾਂ ਸਿਰਫ ਪੜ੍ਹਾਈ ਕਰਦੇ ਸੀਗੇ ਸਾਰਾ ਦਿਨ? ਮੈਂ ਲਾਈਫ ਇੰਜੋਏ ਕੀਤੀ ਹੈ, ਮੈਂ ਸਿਰਫ ਪੜ੍ਹਿਆ ਨਹੀਂ, ਲਾਈਫ ਇੰਜੋਏ ਕੀਤੀ ਹੈ, ਕਿਉਂਕਿ ਮੈਂ ਸਪੋਰਟਸ ਦੇ ਵਿੱਚ ਵੀ ਪਾਰਟਿਸਿਪੇਟ ਕੀਤਾ, ਸਾਡੇ ਹੋਰ ਤੁਹਾਡੇ ਕਰਿਕੂਲਰ ਐਕਟੀਵਿਟੀਜ਼ ਹੋ ਜਾਂਦੀਆਂ ਸੀ, ਜਿਵੇਂ ਡਾਂਸਿੰਗ ਵਗੈਰਾ, ਸਿੰਗਿੰਗ ਜੋ ਹੁੰਦਾ ਸੀ, ਹੋਰ ਕੁਛ ਡਰਾਇੰਗ ਵਗੈਰਾ ਹੁੰਦਾ ਸੀ, ਸਕੂਲ ਦੇ ਵਿੱਚ ਸਾਰਾ ਕੁਛ ਕੀਤਾ, ਸਾਰਾ ਦਿਨ ਪੜ੍ਹਨਾ ਨਹੀਂ ਸੀ। ਅੱਛਾ, ਤੁਸੀਂ ਦੱਸੋ ਵੀ ਫਾਦਰ ਬਾਰੇ ਦੱਸੋ ਵੀ ਉਹ ਕਿਹੜੇ ਡਿਪਾਰਟਮੈਂਟ 'ਚ ਨੇ, ਕਿੱਥੇ ਕੰਮ ਕਰਦੇ ਨੇ? ਮੇਰੇ ਪਾਪਾ ਮਹਾਂਸ਼ਕਤੀ ਲਿਮਿਟਡ ਕੰਪਨੀ ਹੈ, ਉਹਦੇ ਵਿੱਚ ਸੁਪਰਵਾਈਜ਼ਰ, ਐਜ਼ ਅ ਸੁਪਰਵਾਈਜ਼ਰ ਕੰਮ ਕਰਦੇ। ਪ੍ਰਾਈਵੇਟ ਜੌਬ ਹੈ? ਹਾਂਜੀ, ਪ੍ਰਾਈਵੇਟ ਜੌਬ। ਤਾਂ ਸਾਡੇ ਨਾਲ ਬੱਚੀ ਦੇ ਪੇਰੈਂਟਸ ਵੀ ਨੇ, ਮੰਮਾ ਵੀ ਹੈ, ਫਾਦਰ ਵੀ ਹੈ, ਗੱਲਬਾਤ ਕਰਦੇ ਹਾਂ। ਪਹਿਲਾਂ ਕੀ ਰਿਐਕਸ਼ਨ ਹੈ ਜੀ, ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਚਾਹੇ ਪਰਿਵਾਰ ਨੇ ਬਹੁਤ ਹੀ ਵੱਡੇ ਕਿਸੇ ਸਕੂਲ ਦੇ ਵਿੱਚ ਨਹੀਂ ਬੱਚਾ ਪੜ੍ਹਾਇਆ, ਪਰ ਜਿਸ ਸਕੂਲ ਦੇ ਵਿੱਚ ਵੀ ਤੁਸੀਂ ਬੱਚਾ ਲਾਇਆ ਹੋਇਆ ਆਪਣਾ, ਉਹਨਾਂ ਨੇ ਵੀ ਪੂਰਾ ਪੇ ਆਫ ਕੀਤਾ, ਮਤਲਬ ਕੋਈ ਕਮੀ ਨਹੀਂ ਛੱਡੀ। ਹਾਂਜੀ, ਸਾਨੂੰ ਹੌਸਲਾ ਸੀਗਾ ਜੀ, ਪਹਿਲਾਂ ਹੀ ਸਕੂਲ ਦੇ ਵਿੱਚੋਂ ਸਟੱਡੀ ਪਾਪਾ ਨੇ ਕੀਤੀ ਹੋਈ ਸੀਗੀ। ਅੱਛਾ ਜੀ, ਉਹ ਕਹਿੰਦੇ ਵੀ ਬਹੁਤ ਵਧੀਆ ਪੜ੍ਹਾਈ ਹੈ, ਇਸੇ ਕਰਕੇ ਅਸੀਂ ਬੱਚੇ ਨੂੰ ਵੀ ਉੱਥੇ ਲਾਉਣਾ ਚੰਗਾ ਕੀਤਾ। ਆਪਣੇ ਘਰੇ ਵੀ ਡੇਅਰੀ ਦਾ ਕੰਮ ਸੀਗਾ, ਇਸ ਕਰਕੇ ਫਿਰ ਮੈਨੂੰ ਜੋਬ ਛੱਡਣਾ, ਪੜ੍ਹਾਈ ਛੱਡਣੀ। ਅੱਛਾ, ਤੁਸੀਂ ਜਿੱਦਾਂ ਕੰਮ ਕਰਦੇ ਹੋ ਤੇ ਐਕਸਪੈਕਟਿਡ ਸੀਗਾ ਕਿ ਜਿਹੜਾ ਬੱਚਾ ਹੈਗਾ ਤੁਹਾਡਾ ਵੀ ਉਹ ਇੰਨਾ ਸ਼ਾਈਨਿੰਗ ਹੈ, ਇੰਨਾ ਬ੍ਰਾਈਟ ਨਿਕਲੂਗਾ? ਨਹੀਂ, ਪੂਰਾ ਹੀ ਸੀਗਾ ਜੀ, ਕਿਉਂਕਿ ਅਸੀਂ ਦੇਖਦੇ ਸੀਗੇ ਬੱਚਾ ਜੀ ਵੀ ਹਰ ਟਾਈਮ ਆਪਦਾ ਪੜ੍ਹਨਾ ਉਹਨੇ, ਅਤੇ ਜਾਂ ਬਸ ਕੋਈ ਫਾਲਤੂ ਕੰਮ ਨਹੀਂ ਕਰਨਾ, ਜਾਂ ਪੜ੍ਹਾਈ ਅਤੇ ਜਾਂ ਸਕੂਲ 'ਚ, ਅਤੇ ਬਸ ਆਪਦਾ ਘਰੇ ਕੋਈ ਇਹਨਾਂ ਘੁੰਮਣ ਫਿਰਨ ਦਾ ਵੀ ਇੰਨਾ ਸ਼ੌਂਕ ਨਹੀਂ ਸੀ ਵੀ ਪੜ੍ਹਾਈ ਦਾ ਸੀ। ਮੈਂ ਵੀ ਬਥੇਰਾ ਕਹਿੰਦਾ ਵੀ ਬੇਟਾ 12:12 ਵੱਜ ਕੇ ਪੈ ਜਾਓ, ਕਹਿੰਦੇ ਨਹੀਂ ਡੈਡੀ ਅਸੀਂ ਪੜ੍ਹਨਾ, ਅਤੇ ਕਹਿੰਦੇ ਤੁਸੀਂ ਆਪਦਾ ਪੈ ਜਾਓ, ਅਸੀਂ ਆਪੀ, ਮਤਲਬ ਮਾਂ ਬਾਪ ਨੂੰ ਨਹੀਂ ਕਹਿਣ ਦਾ ਮੌਕਾ ਮਿਲਦਾ ਸੀਗਾ ਵੀ ਤੁਸੀਂ ਪੜ੍ਹ ਲਓ? ਤੈਨੂੰ ਸਮਝ ਨਹੀਂ, ਕਹਿੰਦੇ ਸੀ ਵੀ ਇੰਨਾ ਤੂੰ ਉਹ ਨਾ ਕਰ, ਵੀ ਆਪਦਾ ਆਰਾਮ ਵੀ ਜ਼ਰੂਰੀ ਆ, ਪਰ ਇਹ ਕਹਿੰਦੀ ਵੀ ਨਹੀਂ ਮੈਂ ਆਪਦਾ ਵੀ ਕੁਛ ਨਹੀਂ ਮੈਂ ਪੜ੍ਹਨਾ।
ਤੇ ਕੁਝ ਕਰਕੇ ਦਿਖਾਉਣਾ ਤੇ ਮੇਰੇ ਪੂਰਾ ਹੋਇਆ ਜੀ। ਤੁਸੀਂ ਵੀਰੇ ਜਿੱਦਾਂ ਤੁਸੀਂ ਦੱਸਿਆ ਕਿ ਡੇਰੀ ਦਾ ਵੀ ਕੰਮ ਹੈ ਤੁਹਾਡਾ, ਤੁਸੀਂ ਪ੍ਰਾਈਵੇਟ ਜੌਬ ਵੀ ਕਰਦੇ ਹੋ, ਬਹੁਤ ਮਿਹਨਤ ਕਰ ਰਹੇ ਹੋ ਆਪਣੀ ਜ਼ਿੰਦਗੀ ਦੇ ਵਿੱਚ, ਨਾ ਮਿਹਨਤ ਦੇ ਨਾਲ ਬੱਚੇ ਪਾਲ ਰਹੇ ਹੋ, ਤੁਹਾਡਾ ਕੀ ਸੁਪਨਾ ਹੈ, ਮਾਂ-ਬਾਪ ਦਾ ਕੀ ਸੁਪਨਾ ਹੈ, ਕੀ ਤੁਸੀਂ ਬਣਨਾ ਦੇਖਣਾ ਚਾਹੁੰਦੇ ਹੋ ਆਪਣੀ ਬੱਚੀ ਨੂੰ? ਬਸ ਜੀ ਅਸੀਂ ਤਾਂ ਅਸੀਂ ਧੀ ਹਾਂ ਜੀ, ਵੀ ਜਿਹੜਾ ਇਹਦਾ ਜੀ ਕਰਦਾ ਉਹ ਕਰੇ, ਸਾਡੇ ਵੀ ਨਹੀਂ ਕੋਈ ਨਹੀਂ ਸਾਨੂੰ ਤਾਂ ਐਵੇਂ ਸਾਡਾ ਜਿੱਥੇ ਸਾਨੂੰ ਕਹੂਗੀ ਜਿਹੜੀ ਹੈਲਪ ਕਹੂਗੀ ਅਸੀਂ ਕਰਨ ਨੂੰ ਤਿਆਰ ਹਾਂ। ਪਰ ਇੱਕ ਮਾਂ-ਬਾਪ ਦਾ ਦਿਲ ਹੁੰਦਾ ਹੈ ਨਾ ਕਿ ਸਾਡਾ ਬੱਚਾ ਇਹ ਪਾਰਟਿਕੂਲਰ ਬਣੇ, ਇਹ ਅਫਸਰ ਬਣੇ, ਡੀਸੀ ਬਣੇ, ਐਸਐਸਪੀ ਬਣੇ। ਹਾਂਜੀ, ਸਾਨੂੰ ਤਾਂ ਬੱਚੇ ਨੇ ਦੱਸਿਆ ਹੋਇਆ ਹੀ, ਅਸੀਂ ਮੈਂ ਤਾਂ ਯੂਪੀਐਸਸੀ ਦੀ ਤਿਆਰੀ ਕਰਨੀ, ਉਹੀ ਕਰਨੀ। ਅਸੀਂ ਆਖਿਆ ਅਸੀਂ ਤੇਰੇ ਨਾਲ ਸਪੋਰਟ, ਇਹ ਕਹਿੰਦੇ ਸਾਡਾ ਮੇਰਾ ਏਮ ਆ ਤੇ ਮੈਂ ਕਿਹਾ ਜੀ ਕਰੋ ਕੋਈ ਗੱਲ ਨਹੀਂ, ਸਾਡੇ ਵੀ ਨੇ ਕੋਈ ਨਹੀਂ, ਸਾਡੇ ਵੀ ਤਾਂ ਫੁੱਲ ਸਪੋਰਟ ਆ ਜੀ, ਵੀ ਜੋ ਕਰਨਾ ਤੂੰ ਕਰ, ਵੀ ਤੈਨੂੰ ਚੰਗਾ ਲੱਗਦਾ ਕਰ। ਜੀ ਬਾਕੀ ਇਹ ਖੁਦ ਹੀ ਸਾਡੀਆਂ ਉਮੀਦਾਂ ਤੇ ਖਰੀ ਉੱਪਰ ਰਹੇ ਆ ਜੀ, ਸਾਨੂੰ ਤਾਂ ਜ਼ਰੂਰਤ ਹੀ ਨਹੀਂ ਪੈਂਦੀ ਕਹਿਣ ਦੀ ਬੱਚੇ ਨੂੰ, ਇਹ ਤਾਂ ਖਾਣ ਪੀਣ ਦਾ ਧਿਆਨ ਵੀ ਨਹੀਂ ਆਪਦਾ ਖੁਦ ਰੱਖਦੀ, ਇਹਨੂੰ ਤਾਂ ਬਸ ਸ਼ੌਂਕ ਹੀ ਆ ਜੀ ਇੱਕ ਤਰ੍ਹਾਂ ਦਾ, ਪੜ੍ਹਨਾ ਲਿਖਣਾ ਬਸ, ਸਕੂਲ ਦੇ ਵਿੱਚ ਵੀ ਟੋਪਰ ਹੀ ਆਈ ਹੈ ਜੀ ਹੁਣ ਤੀਕਰ। ਹਾਂਜੀ, ਅੱਛਾ ਹਰਮੀਤ ਜੀ ਦੱਸੋ ਵੀ ਤੁਹਾਡਾ ਫੇਵਰੇਟ ਸਬਜੈਕਟ ਕਿਹੜਾ ਹੈ? ਮੇਰਾ ਫੇਵਰੇਟ ਸਬਜੈਕਟ SST ਹੈ ਜੀ, ਸੋਸ਼ਲ ਸਟੱਡੀਜ਼। ਹਿਸਟਰੀ ਮੈਨੂੰ ਬਹੁਤ ਦੇਰ ਲੱਗਦੀ ਹੈ, ਹਿਸਟਰੀ ਸਾਨੂੰ ਕਿਰਨ ਮੈਮ ਅਤੇ ਹਰਦੀਪ ਮੈਮ ਟੀਚ ਕਰਦੇ ਸੀ ਅਤੇ ਮਜ਼ਾ ਆਉਂਦਾ ਸੀ ਹਿਸਟਰੀ ਬਾਰੇ ਜਾਣ ਕੇ, ਇਹ ਮੇਰਾ ਫੇਵਰੇਟ ਸਬਜੈਕਟ। ਅੱਛਾ, ਜਿਹੜੇ ਸਕੂਲ ਦੇ ਵਿੱਚ ਤੁਸੀਂ ਪੜ੍ਹ ਰਹੇ ਹੋ, ਤੁਸੀਂ ਪੜ੍ਹਾਈ ਹੈ ਨਾ ਦਸਵੀਂ ਕਰ ਲਈ ਹੈ, ਤਾਂ ਉਹ ਸਕੂਲ ਦੀ ਹਿਸਟਰੀ ਦਾ ਪਤਾ ਤੁਹਾਨੂੰ ਵੀ, ਉਹ ਸਕੂਲ ਦੀ ਕੀ ਹਿਸਟਰੀ ਹੈ? ਸਾਡੇ MD ਸਰ ਦੇ ਮਦਰ ਜੋ ਸੀ ਕਿਰਨ ਨਾਮ ਸੀ ਉਹਨਾਂ ਦਾ, ਉਹਨਾਂ ਨੇ ਸਕੂਲ ਸਟਾਰਟ ਕੀਤਾ ਸੀ ਗਰੀਬ ਬੱਚੇ। ਹਾਂਜੀ, ਗਰੀਬ ਬੱਚਿਆਂ ਲਈ ਕਿਰਨ ਪਬਲਿਕ ਸਕੂਲ। ਉਸ ਤੋਂ ਬਾਅਦ ਫਿਰ ਸਾਡੇ MD ਸਰ ਨੇ ਸੰਭਾਲਿਆ ਸਕੂਲ, ਬਹੁਤ ਵਧੀਆ ਵੈਸੇ, ਕਿਉਂਕਿ ਟੀਚਰਸ ਹਾਰਡ ਵਰਕਿੰਗ ਨੇ, ਸਟਾਫ ਵਧੀਆ ਹੈ, ਕੋਆਪਰੇਟਿਵ ਹੈ, ਤਾਂ ਟੀਚਰਸ ਹੀ ਵਧੀਆ ਚਾਹੀਦੇ ਹੁੰਦੇ ਆ, ਹੋਰ ਤਾਂ ਕੁਛ ਨਹੀਂ ਹੁੰਦਾ। ਬਾਕੀ ਅਸੀਂ ਪੜ੍ਹਨਾ ਸੀ ਵਧੀਆ ਹੋਟਲ ਸਕੂਲ, ਇਹ ਇੰਨਾ ਹੋਇਆ ਸੀ ਕੋਈ ਵੀ ਬੋਰਿੰਗ ਵਗੈਰਾ। ਅੱਛਾ ਚਲੋ, ਹੁਣ ਤੁਸੀਂ 10th ਕਰ ਲਈ ਹੈ ਔਰ ਤੁਸੀਂ ਗਾਹਾਂ ਗਾਹਾਂ ਵੀ ਵੱਧਦੇ ਜਾਣਾ ਹੈ, ਔਰ ਅਸੀਂ ਤੁਹਾਨੂੰ ਸਾਡੇ ਚੈਨਲ ਵੱਲੋਂ ਵੀ ਇਹ ਬੈਸਟ ਵਿਸ਼ਿਸ ਦਿੰਦੇ ਹਾਂ ਕਿ ਜੋ ਤੁਹਾਡਾ ਗੋਲ ਹੈ UPSC ਦਾ ਉਹ ਤੁਸੀਂ ਅਚੀਵ ਕਰੋ, ਅਤੇ ਇਦੋਂ ਬਾਅਦ ਜਦੋਂ ਆਪਾਂ ਇੰਟਰਵਿਊ ਕਰੀਏ ਤਾਂ ਉਦੋਂ ਤੁਸੀਂ ਇੱਕ IAS ਹੋਵੋ, ਪਛਾਣ ਲਓਗੇ ਉਦੋਂ ਮੈਨੂੰ ਕਿ ਨਾ? ਥੋੜ੍ਹੀ ਜਿਹੀ ਬੁੱਢੀ ਸ਼ਾਇਦ, ਥੋੜ੍ਹੀ ਜਿਹੀ ਹੋਰ ਪਛਾਣ ਲੈਂਦੇ। ਓਕੇ, ਆਲ ਦਾ ਬੈਸਟ। ਥੈਂਕ ਯੂ। ਬਿਲਕੁਲ ਜੀ, ਤਾਂ ਇਹ ਬ੍ਰਾਈਟ ਬੱਚੇ ਨੇ ਸਾਡੇ ਪੰਜਾਬ ਦੇ, ਉਹ ਧੀਆਂ ਨੇ ਜਿਨ੍ਹਾਂ ਨੇ ਮਾਨ ਜਿਹੜਾ ਹੈਗਾ ਉੱਚਾ ਕੀਤਾ, ਆਪਣੇ ਮਾਂ ਬਾਪ ਦਾ ਵੀ ਮਾਨ ਵਧਾਇਆ, ਸਕੂਲ ਦਾ ਵੀ ਮਾਨ ਵਧਾਇਆ, ਔਰ ਆਪਣੇ ਇਲਾਕੇ ਦਾ, ਆਪਣੇ ਸ਼ਹਿਰ ਦਾ ਵੀ ਮਾਨ ਵਧਾਇਆ। ਇਹ ਬੱਚੇ ਕੋਈ ਬਹੁਤ ਜਿਹਨੂੰ ਕਹਿੰਦੇ ਕਿ ਰਈਸ ਪਰਿਵਾਰਾਂ ਦੇ ਵਿੱਚੋਂ ਨਹੀਂ ਹੈਗੇ, ਬਿਲਕੁਲ ਮੱਧ ਵਰਗੀ ਪਰਿਵਾਰ ਤੋਂ ਸੰਬੰਧਿਤ ਨੇ, ਔਰ ਜਿਸ ਤਰ੍ਹਾਂ ਮਾਂ ਬਾਪ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਦਾ ਇੱਕ ਮੱਧ ਵਰਗੀ ਕੰਮ ਕਾਜ ਹੈ, ਘਰ ਦੇ ਵਿੱਚ ਡੈਰੀ ਹੈ, ਔਰ ਇਸ ਤੋਂ ਬਾਅਦ ਵੀ ਜਿਹੜੇ ਉਹਨਾਂ ਦੇ ਫਾਦਰ ਹੈ ਉਹ ਇੱਕ ਪ੍ਰਾਈਵੇਟ ਜੌਬ ਕਰਦੇ ਨੇ, ਪਰ ਬੱਚਿਆਂ ਨੂੰ ਜਿਹੜਾ ਹੈਗਾ ਉਹਨਾਂ ਨੇ ਪੂਰਾ ਸਮਾਂ ਔਰ ਆਪਣਾ ਜੋ ਵੀ ਉਹਨਾਂ ਦੇ ਕੋਲ ਹੈ ਉਹ ਉਹਨਾਂ ਨੇ ਸਮਰਪਿਤ ਕੀਤਾ ਹੋਇਆ, ਔਰ ਬੱਚੇ ਵੀ ਉਸ ਚੀਜ਼ ਨੂੰ ਪੂਰਾ ਫੁਲਫਿਲ ਕਰ ਰਹੇ ਨੇ। ਤਾਂ ਹਰਮੀਤ ਵਰਗੀਆਂ ਹੋਰ ਵੀ ਧੀਆਂ ਨੇ ਜਿਨ੍ਹਾਂ ਨੇ ਇਸ ਵਾਰ ਫਿਰ ਤੋਂ 10th ਦੇ ਵਿੱਚ ਮਾਨ ਵਧਾਇਆ ਸਾਡੇ ਇਲਾਕੇ ਦਾ, ਔਰ ਸਾਨੂੰ ਵੀ ਅਜਿਹੀ ਧੀਆਂ 'ਤੇ ਪੂਰਾ ਮਾਨ ਹੈ।